ਸੋ ਜਿਹੜੀ ਕਿਸਾਨੀ ਅੰਦੋਲਨ ਦੀ ਗੱਲ ਹੈ, ਦੇਖੋ ਕਿਸਾਨ ਦੇਸ਼ ਦਾ ਅੰਨਦਾਤਾ, ਉਹ ਇਕੱਲੇ ਪੰਜਾਬ ਦਾ ਨਹੀਂ। ਔਰ ਜਿਹੜੀ ਤੁਸੀਂ ਜਥੇਬੰਦੀਆਂ ਦੀ ਗੱਲ ਕੀਤੀ, ਉਹਨਾਂ ਜਥੇਬੰਦੀਆਂ 'ਤੇ ਗੋਲੀ ਨਹੀਂ ਚਲਾਈ ਜਾਂਦੀ। ਜਦੋਂ ਮੈਂ ਰਾਜਪੁਰੇ ਪਤਾ ਲੈਣ ਗਿਆ ਸੀ ਜ਼ਖਮੀਆਂ ਦਾ, 10ਵੀਂ 'ਚ ਪੜ੍ਹਦਾ ਇੱਕ ਬੱਚਾ ਮੈਨੂੰ ਮਿਲਿਆ 10ਵੀਂ 'ਚ, ਪਰ ਉਹਦੇ ਗੋਲੀ ਲੱਗੀ ਹੋਈ ਸੀ ਯਾਰ, ਉਹਦੇ ਬਾਂਹ ਦੇ ਵਿੱਚ, ਬਾਂਹ ਦੇ ਵਿੱਚ ਦੀ ਗੋਲੀ ਲੰਘੀ ਹੋਈ ਸੀ। ਮਤਲਬ ਇਸ ਤਰ੍ਹਾਂ ਦਾ ਤੁਸੀਂ ਦੁਸ਼ਮਣ ਦੇਸ਼ ਦੇ ਸਿਵਲੀਅਨਸ ਨਾਲ ਵੀ ਨਹੀਂ ਕਰਦੇ, ਉਹ ਵੀ ਦੁਸ਼ਮਣ ਦੇਸ਼ ਦੀ ਜੇ ਬਰਾਬਰ ਸੈਨਾ ਹੋਵੇ ਨਾ, ਫਿਰ ਇਹ ਇਸ ਤਰ੍ਹਾਂ ਦਾ ਹਰਕਤ ਕੀਤੀ ਜਾਂਦੀ ਹੈ। ਸੋ ਇਹ ਮੋਦੀ ਸਾਹਿਬ ਦਾ ਇਹ ਮਤਲਬ ਦਿਲ ਟੁੱਟਿਆ, ਇਹਦੇ ਨਾਲ ਬਹੁਤ ਜ਼ਿਆਦਾ ਧੱਕਾ ਅੰਨਦਾਤੇ ਨਾਲ ਕੀਤਾ ਗਿਆ। ਸੋ ਮੈਂ ਹੁਣ ਅੱਗੇ ਬੇਨਤੀ ਕਰਦਾ ਡਾਕਟਰ ਵਿਜੇ ਸਿੰਗਲਾ ਜੀ। ਸੋ ਹੁਣ ਮੈਂ ਸੋਚਦਾ ਵੀ ਆਪਾਂ ਜਿਹੜੇ ਆਪਣੇ ਡਾਕਟਰ ਸਾਹਿਬਾਨ ਉਹਨਾਂ ਨੂੰ ਮੌਕਾ ਦੇਈਏ। ਡਾਕਟਰ ਰਾਜ ਕੁਮਾਰ ਤੋਂ ਸ਼ੁਰੂ ਕਰ ਦਿੰਦੇ ਜੀ। ਸਪੀਕਰ ਸਾਹਿਬ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਬੋਲਣ ਦਾ ਮੌਕਾ ਦਿੱਤਾ। ਸਪੀਕਰ ਸਾਹਿਬ, ਕਿਉਂਕਿ ਜਦੋਂ ਤੁਸੀਂ ਵਿਰੋਧੀ ਧਿਰ 'ਚ ਸੀ ਤਾਂ ਤੁਹਾਡੇ ਨਾਲ ਬੜਾ ਪਿਆਰ ਰਿਹਾ, ਕਾਨਫਰੰਸ ਵੀ ਇਕੱਠੇ ਅਟੈਂਡ ਕਰਦੇ ਰਹੇ, ਚਾਹ ਦੁੱਧ ਪੀਂਦੇ ਰਹੇ, ਖਾਣਾ ਪੀਣਾ ਇਕੱਠਾ ਖਾਂਦੇ ਰਹੇ। ਪਰ ਸਪੀਕਰ ਸਾਹਿਬ, ਕੱਲ੍ਹ ਮੈਨੂੰ ਗਿਲਾ ਆਇਆ ਤੁਹਾਡੇ ਨਾਲ ਕੱਲ੍ਹ ਦਾ, ਕਿਉਂਕਿ ਅਸੀਂ ਸਾਰੇ ਤੁਹਾਡੇ ਰੂਮ ਦੇ ਵਿੱਚ ਗਏ, ਤੁਹਾਡੇ ਆਫਿਸ 'ਚ ਗਏ ਕਿ ਕਿਰਪਾ ਕਰਕੇ, ਕਿਉਂਕਿ ਆਮ ਬਜਟ ਦੀ ਬਹਿਸ ਹੈ, ਸਾਨੂੰ ਥੋੜ੍ਹਾ ਸਮਾਂ ਜ਼ਰੂਰ ਦਿੱਤਾ ਜਾਵੇ। ਆਪ ਜੀ ਨੇ ਵਾਅਦਾ ਵੀ ਕੀਤਾ, ਚਲੋ ਅਸੀਂ ਕਹਿੰਦੇ ਵੀ ਰੂਲਸ ਆਫ ਪ੍ਰੋਸੀਜਰ ਐਂਡ ਕੰਡਕਟ ਆਫ ਬਿਜ਼ਨਸ 'ਚ ਤਾਂ ਗੜਬੜ ਹੋ ਸਕਦੀ ਹੈ, ਪਰ ਤੁਸੀਂ ਕੱਲ੍ਹ ਜਿਹੜੀ ਸਰ ਵਾਅਦਾ ਖਿਲਾਫੀ ਕੀਤੀ, ਉਹ ਸਾਨੂੰ ਬਹੁਤ ਦੁੱਖ ਹੋਇਆ, ਕਿਉਂਕਿ ਜੇ ਅਸੀਂ ਵੀ ਉਸ ਬਹਿਸ ਦਾ ਹਿੱਸਾ ਬਣਦੇ ਤਾਂ ਸਰ ਉਹ ਬਜਟ ਜਿਹੜਾ ਬਹਿਸ ਉਹ ਹੋਰ ਮੁਕੰਮਲ ਹੁੰਦੀ। ਪਰ ਇਸ ਤੋਂ ਵੀ ਜ਼ਿਆਦਾ ਸਰ, ਜਿਹੜਾ ਇੱਕ ਸਭ ਤੋਂ ਵੱਡਾ ਗਿਲਾ ਹੈ ਕਿ ਲੀਡਰ ਆਫ ਦਾ ਹਾਊਸ ਨੇ ਕੱਲ੍ਹ ਸਾਡੀ ਐਬਸੈਂਸ ਦੇ ਵਿੱਚ ਇਹ ਗੱਲ ਕਹੀ ਵੀ ਜਿਹੜੇ ਵਿਰੋਧੀ ਧਿਰ ਦੇ ਕਾਂਗਰਸ ਦੇ MLA ਨੇ, ਇਹਨਾਂ ਦੇ ਲੱਗਦਾ ਕਿ ਸੰਗਲ ਪਾਉਣੇ ਪੈਣੇ ਨੇ। ਇਹ ਸ਼ੁਕਰ ਆ ਕਹਿੰਦੇ ਕਿ ਮੁਰਦਾਬਾਦ ਮੁਰਦਾਬਾਦ ਕਰਕੇ ਚਲੇ ਜਾਂਦੇ ਨੇ, ਕਿਤੇ ਡਲੇ ਨਹੀਂ ਮਾਰਦੇ। ਸੋ ਇਸ ਤਰ੍ਹਾਂ ਦੇ ਜਿਹੜੇ ਕਮੈਂਟਸ ਨੇ, ਮੈਂ ਸਮਝਦਾ ਕਿ ਇਹ ਵਿਰੋਧੀ ਧਿਰ ਦੇ ਲਈ, ਮੈਂਬਰਸ ਦੇ ਲਈ ਬਹੁਤ ਹੀ, ਮੈਂ ਸਮਝਦਾ ਕਿ ਸ਼ਰਮਨਾਕ ਨੇ। ਅਤੇ ਸਰ, ਮੈਂ ਬੇਨਤੀ ਕਰਨੀ ਚਾਹੁੰਦਾ ਆਪ ਨੂੰ ਕਿ ਪਹਿਲਾਂ ਤਾਲਾ ਤੁਹਾਨੂੰ ਦਿੱਤਾ ਗਿਆ, ਤਾਲਾ ਵੀ ਪਤਾ ਨਹੀਂ ਤੁਸੀਂ ਹੁਣ ਕੀ ਕੀਤਾ ਤਾਲੇ ਦਾ। ਪਰ ਸਰ, ਇਹ ਹੈ ਵੀ ਜੋ ਪੰਜਾਬ ਦੇ ਹਾਲਾਤ ਨੇ, ਜੋ ਲਾਅ ਐਂਡ ਆਰਡਰਸ ਦੀ ਸਥਿਤੀ ਹੈ, ਜੋ ਡਰੱਗਸ ਦੀ ਸਥਿਤੀ ਹੈ, ਜੋ ਨਸ਼ਾ ਜਿਸ ਤਰ੍ਹਾਂ ਵਿਕ ਰਿਹਾ, ਮੈਨੂੰ ਇਹ ਡਰ ਹੈ ਕਿ ਅੱਜ CM ਸਾਹਿਬ ਨੇ ਤੁਹਾਨੂੰ ਤਾਲਾ ਦਿੱਤਾ ਅਤੇ ਮੈਂ ਅੱਜ ਤੁਹਾਨੂੰ ਸੰਗਲ ਲੈਣ ਆਇਆ, ਸੰਗਲ ਇਹਨਾਂ ਨੂੰ ਹੀ ਪਾਉਣੇ ਪੈਣੇ ਆ, ਕਿਉਂਕਿ ਲੋਕਾਂ ਨੇ ਇਹਨਾਂ ਦੇ ਖਿਲਾਫ਼ ਮੁਰਦਾਬਾਦ ਮੁਰਦਾਬਾਦ ਕਰਨੀ ਆ ਅਤੇ ਲੋਕਾਂ ਨੇ ਇਹਨਾਂ ਦੇ ਡਲੇ ਮਾਰਨੇ ਆ। ਸੋ ਸੰਗਲ ਅਤੇ ਤਾਲਾ ਇਹ ਸਰ ਇੱਧਰ ਹੀ ਲਾਇਆ ਜਾਵੇ, ਸਾਨੂੰ ਇਹਦੀ ਜ਼ਰੂਰਤ ਨਹੀਂ। ਸਰ ਬੈਠੋ, ਤੁਸੀਂ ਬੈਠੋ, ਤੁਹਾਨੂੰ 2 ਮਿੰਟ ਦਿੱਤੇ ਸੀ ਲੋਕਾਂ ਦੇ ਮੁੱਦੇ ਦੀ ਗੱਲ ਕਰਨ ਵਾਸਤੇ, ਤੁਸੀਂ 0 ਆਵਰ। ਡਾਕਟਰ ਸਾਹਿਬ, ਪੜ੍ਹੇ ਲਿਖੇ ਬੰਦੇ ਹੋ ਤੁਸੀਂ, ਤੁਸੀਂ ਪੜ੍ਹੇ ਲਿਖੇ ਬੰਦੇ ਹੋ, ਬੈਠੋ ਤੁਸੀਂ ਹੁਣ ਬੈਠੋ। ਡਾਕਟਰ ਸੁੱਖੀ, ਡਾਕਟਰ ਸੁੱਖੀ ਬੈਠੋ ਜੀ, ਬੈਠੋ, ਕੋਈ ਗੱਲ ਨਹੀਂ। ਬੈਠੋ ਬੈਠੋ,